ਪਿਛਲੇ ਲੰਬੇ ਸਮੇਂ ਤੋਂ ਇਤਿਹਾਸਕ ਸ਼ਹਿਰ ਨਾਭਾ ਵਿੱਚ ਸਿੱਖ ਕੌਮ ਧਰਮ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੀ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਨਾਭਾ ਵੱਲੋਂ ਲਗਾਤਾਰ ਸਮਾਜ ਸੇਵੀ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਸੰਸਥਾ ਵੱਲੋਂ ਮਹੀਨੇ ਵਿੱਚ 2 ਜਾਂ 3 ਵਾਰ PGI ਚੰਡੀਗੜ੍ਹ, ਰਜਿੰਦਰਾ ਹਸਪਤਾਲ ਪਟਿਆਲਾ, ਸਰਕਾਰੀ ਹਸਪਤਾਲ ਨਾਭਾ ਅੰਦਰ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਲਈ ਲੰਗਰ ਭੇਜਿਆ ਜਾਣਾ ਜਾਰੀ ਹੈ। ਸੰਸਥਾ ਦੇ ਮੁਖੀ ਸੇਵਾਦਾਰ ਭਾਈ ਅਮਨਦੀਪ ਸਿੰਘ ਲਵਲੀ ਨੇ ਦੱਸਿਆ ਕਿ ਸਿੱਖ ਕੌਮ ਵੱਲੋਂ ਮਨਾਏ ਜਾਣ ਵਾਲੇ ਗੁਰਪੁਰਬ ਅਤੇ ਸ਼ਹੀਦੀ ਦਿਹਾੜਿਆਂ ਤੇ ਜਿੱਥੇ ਹਸਪਤਾਲਾਂ ਵਿੱਚ ਲੰਗਰ ਭੇਜਿਆ ਜਾਂਦਾ ਹੈ, ਉੱਥੇ ਹੀ ਜਿਵੇਂ ਹਲਕੇ ਦੀਆਂ ਸੰਗਤਾਂ ਸੰਸਥਾ ਨੂੰ ਸਹਿਯੋਗ ਦਿੰਦੀਆਂ ਹਨ, ਉਸ ਤਰ੍ਹਾਂ ਇਹ ਲੜੀ ਲਗਾਤਾਰ ਜਾਰੀ ਹੈ, ਜਿਸ ਦੇ ਚੱਲਦਿਆਂ 4000 ਦੇ ਕਰੀਬ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲੰਗਰ ਭੇਜਿਆ ਗਿਆ ਹੈ। ਕੀ ਨਾਮ ਹੈ? ਮੇਰਾ ਨਾਮ ਗੁਰਮੁਖ ਹੈ। ਤੇ ਜਿਹੜੀ ਅੱਜ ਲੰਗਰ ਚਲਾਇਆ, ਕਿੱਥੋਂ ਆਇਆ, ਕੀ ਕਰਨਾ ਚਾਹੁੰਦੇ ਹੋ? ਇਹ ਲੰਗਰ ਪਿਛਲੇ 22 ਦਸੰਬਰ ਤੋਂ ਲਗਾਤਾਰ ਜਾਰੀ ਹੈ ਇੱਥੇ ਰਜਿੰਦਰਾ ਹਸਪਤਾਲ ਦੇ ਵਿੱਚ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ। ਇਸ ਲੰਗਰ ਦੇ ਵਿੱਚ ਸਾਡੇ ਨਾਲ ਬਹੁਤ ਸਾਰੀਆਂ ਇਲਾਕੇ ਦੀਆਂ, ਜ਼ਿਲ੍ਹੇ ਦੀਆਂ ਸੇਵਾ ਸੁਸਾਇਟੀਆਂ, ਪੰਚਾਇਤਾਂ ਜੁੜੀਆਂ ਹੋਈਆਂ। ਅੱਜ ਦਾ ਜੋ ਲੰਗਰ ਹੈ, ਇਹ ਨਾਭੇ ਤੋਂ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵੱਲੋਂ ਭੇਜਿਆ ਗਿਆ। ਪਹਿਲਾਂ ਵੀ ਉਹਨਾਂ ਵੱਲੋਂ ਸਮੇਂ ਸਮੇਂ 'ਤੇ ਲੰਗਰ ਸਾਡੇ ਪਾਸ ਰਜਿੰਦਰਾ ਹਸਪਤਾਲ ਵੀ ਅਤੇ PGI 'ਚ ਵੀ ਭੇਜਿਆ ਜਾਂਦਾ ਹੈ। ਸੋ ਬਹੁਤ ਸਾਰੇ ਸੱਜਣਾਂ ਦਾ ਸਹਿਯੋਗ ਹੈ। ਇੱਥੇ ਰੋਜ਼ਾਨਾ ਲਗਭਗ 2500 ਤੋਂ 3000 ਪੁਰਾਣੀਆਂ ਇੱਥੇ ਪ੍ਰਸ਼ਾਦਾ ਛਕਦਾ। ਪੂਰੇ ਦਿਨ ਦੇ ਵਿੱਚ 24 ਘੰਟੇ ਇਹ ਲੰਗਰ ਚਾਲੂ ਰਹਿੰਦਾ। ਕਿਸੇ ਵੀ ਸਮੇਂ ਮਰੀਜ਼ ਜਾਂ ਮਰੀਜ਼ ਦਾ ਕੋਈ ਵਾਰਸ ਆਪਣੇ ਮਰੀਜ਼ ਜਾਂ ਮਰੀਜ਼ ਦਾ ਵਾਰਸ ਆ ਕੇ ਇੱਥੇ ਪ੍ਰਸ਼ਾਦਾ ਲਿਜਾ ਸਕਦਾ ਅਤੇ ਛਕ ਸਕਦਾ। ਸੋ ਬੜੀ ਦੂਰੋਂ ਦੂਰੋਂ ਇੱਥੇ ਲੋਕ ਜੋ ਆਪਣੇ ਮਰੀਜ਼ਾਂ ਦਾ ਇਲਾਜ ਕਰਵਾਉਣ ਦੇ ਲਈ ਆਉਂਦੇ ਹਨ। ਅਸੀਂ ਦੇਖਿਆ ਕਿ ਉਰੇ ਪ੍ਰਸ਼ਾਦੇ ਪਾਣੀ ਦੀ ਬਹੁਤ ਵੱਡੀ ਭਾਰੀ ਕਿੱਲਤ ਸੀ। ਉਸ ਨੂੰ ਮੁੱਖ ਰੱਖ ਕੇ 22 ਦਸੰਬਰ 2015 ਤੋਂ ਲਗਾਤਾਰ ਇਹ ਲੰਗਰ ਚਾਲੂ ਹਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸੇਵਾ ਸੁਸਾਇਟੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜੋ ਵੀ ਮਾਈ ਭਾਈ ਸੇਵਾ ਕਰ ਸਕਦਾ ਉਹ ਇੱਥੇ ਆ ਕੇ ਲੰਗਰਾਂ ਦੇ ਵਿੱਚ ਸੇਵਾ ਪਾ ਸਕਦੇ ਨੇ, ਤਨ ਮਨ ਧਨ ਦੇ ਨਾਲ ਸੇਵਾ ਕਰ ਸਕਦੇ ਨੇ। ਜੇ ਕੋਈ ਰਾਸ਼ਨ ਭੇਜਣਾ ਚਾਹੁੰਦਾ, ਕੋਈ ਸਬਜ਼ੀ ਭੇਜਣੀ ਚਾਹੁੰਦਾ, ਕੋਈ ਬਾਲਣ ਵਾਸਤੇ ਲੱਕੜ ਭੇਜਣੀ ਜਾਂ ਕੁਛ ਵੀ ਚਾਹ ਦਾ ਸਮਾਨ, ਕੋਈ ਵੀ ਰਾਸ਼ਨ ਵਾਸਤੇ ਕਿਸੇ ਵੀ ਤਰ੍ਹਾਂ ਦੀ ਸੇਵਾ ਜੋ ਇੱਥੇ ਕੀਤੀ ਜਾ ਸਕਦੀ ਹੈ। ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਿ ਆਪਣਾ ਇੱਥੇ ਲੰਗਰਾਂ ਦੇ ਵਿੱਚ ਸੇਵਾ ਪਾ ਕੇ ਆਪਣਾ ਜੀਵਨ ਸਫਲਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਬਾਬਾ ਦੀਪ ਸਿੰਘ ਦੀ ਵੈਲਫੇਅਰ ਸੇਵਾ ਸੁਸਾਇਟੀ ਨਾਭਾ ਵੱਲੋਂ ਲਗਾਤਾਰ PGI ਹੋਸਪਿਟਲ ਚੰਡੀਗੜ੍ਹ, ਰਜਿੰਦਰਾ ਹੋਸਪਿਟਲ ਪਟਿਆਲਾ ਅਤੇ ਨਾਭਾ ਦੇ ਸਰਕਾਰੀ ਹਸਪਤਾਲ ਤੋਂ ਇਲਾਵਾ ਗਰੀਬ ਲੋੜਵੰਦਾਂ ਦੀਆਂ ਝੁੱਗੀਆਂ ਲਈ ਲਗਾਤਾਰ ਲੰਗਰ ਵਰਤਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ। 4 ਅਗਸਤ ਨੂੰ PGI ਹੋਸਪਿਟਲ ਲੰਗਰ ਭੇਜਿਆ ਗਿਆ ਸੀ। ਸੋ ਅੱਜ ਫਿਰ ਰਜਿੰਦਰਾ ਹੋਸਪਿਟਲ ਪਟਿਆਲਾ ਵਿਖੇ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਲਈ ਲੰਗਰ ਭੇਜਿਆ ਜਾ ਰਿਹਾ, ਕਿਉਂਕਿ ਅੱਜ ਕੱਲ੍ਹ ਸਰਕਾਰੀ ਹਸਪਤਾਲਾਂ ਵਿੱਚ ਗਰੀਬ ਲੋੜਵੰਦ ਮਰੀਜ਼ ਹੀ ਆਪਣਾ ਇਲਾਜ ਕਰਵਾਉਣ ਵਾਸਤੇ ਪਹੁੰਚ ਰਹੇ ਨੇ, ਅਮੀਰ ਲੋਕ ਪ੍ਰਾਈਵੇਟ ਹੋਸਪਿਟਲਾਂ ਵਿੱਚ ਆਪਣਾ ਇਲਾਜ ਕਰਾ ਰਹੇ ਨੇ। ਇਸ ਲਈ ਲੋੜਵੰਦਾਂ ਦੀ ਮਦਦ ਨੂੰ ਦੇਖਦੇ ਹੋਏ ਸੁਸਾਇਟੀ ਵੱਲੋਂ ਲਗਾਤਾਰ ਪਿਛਲੇ 2 ਸਾਲਾਂ ਤੋਂ ਸੇਵਾ ਨਿਭਾਈ ਜਾ ਰਹੀ ਹੈ। ਸੋ ਅੱਜ ਉਸ ਸੇਵਾ ਦੇ ਚੱਲਦਿਆਂ ਰਜਿੰਦਰਾ ਹੋਸਪਿਟਲ ਪਟਿਆਲਾ ਵਿੱਚ 5000 ਦੇ ਕਰੀਬ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਲਈ ਲੰਗਰ ਭੇਜਿਆ ਜਾ ਰਿਹਾ। ਮੈਂ ਸਮੂਹ ਸੰਗਤਾਂ ਨੂੰ, ਇਲਾਕੇ ਦੀਆਂ ਨੂੰ ਸਤਿਕਾਰ ਹੈ ਬੇਨਤੀ ਕਰੂੰਗਾ। ਗੁਰੂ ਨਾਨਕ ਮਹਾਰਾਜ ਦੇ ਹੁਕਮ, ਗਰੀਬ ਦਾ ਮੂੰਹ
ਗੁਰੂ ਦੀ ਗੋਲਕ 'ਤੇ ਪਹਿਰਾ ਦਿੰਦੇ ਹਾਂ। ਸੰਗਤਾਂ ਸਾਡੇ ਸਿਰ 'ਤੇ ਹੱਥ ਰੱਖਣ, ਵੱਡਾ ਸਹਿਯੋਗ ਦੇਣ ਤਾਂ ਜੋ ਸੰਸਥਾ ਇਹ ਸੇਵਾ ਲਗਾਤਾਰ ਨਿਭਾਉਂਦੀ ਰਹੇ। ਗੁਰੂ ਘਰ ਦੇ ਮੇਜਰ ਸਾਹਿਬ, ਗੁਰਦੁਆਰਾ ਰੋਪੜਾ ਸਾਹਿਬ ਤੋਂ ਮੇਜਰ ਸਾਹਿਬ ਅਤੇ ਹੋਰ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਸਿੱਖ ਜਥੇਬੰਦੀਆਂ ਸਾਡਾ ਵੱਡਾ ਇਹ ਸਹਿਯੋਗ ਦੇ ਰਹੀਆਂ ਨੇ। ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਔਰ ਸਭ ਤੋਂ ਵੱਡਾ ਧੰਨਵਾਦ ਗੁਰੂ ਮਹਾਰਾਜ ਦਾ ਜੋ ਸਿਰ 'ਤੇ ਹੱਥ ਰੱਖ ਕੇ ਸੇਵਾ ਲੈ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਸੰਸਥਾ ਦਾ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮਰੀਜ਼ਾਂ ਵਾਸਤੇ ਉਹਨਾਂ ਦੇ ਵਾਰਸਾਂ ਦੇ ਲਈ ਲੰਗਰ ਭੇਜਿਆ ਜਾ ਰਿਹਾ, ਜਿਸ ਤਰ੍ਹਾਂ PGI ਰਜਿੰਦਰਾ ਹਸਪਤਾਲ ਅਤੇ ਸਰਕਾਰੀ ਹਸਪਤਾਲ ਨਾਭਾ ਵਿਖੇ। ਇਸੇ ਲੜੀ ਦੇ ਤਹਿਤ ਜਿਸ ਤਰ੍ਹਾਂ PGI ਦੇ ਵਿੱਚ ਚਾਤਰੀਕ ਨੂੰ ਭੇਜਿਆ ਗਿਆ ਸੀ, ਇਸੇ ਮਹੀਨੇ 'ਚ ਦੁਬਾਰਾ ਰਜਿੰਦਰਾ ਹੋਸਪਿਟਲ ਦੇ ਮਰੀਜ਼ਾਂ ਦੇ ਲਈ ਔਰ ਉਹਨਾਂ ਦੇ ਵਾਰਸਾਂ ਦੇ ਲਈ ਤਕਰੀਬਨ 5000 ਦੇ ਲੋੜਵੰਦਾਂ ਦੇ ਲਈ ਇਹ ਲੰਗਰ ਭੇਜਿਆ ਜਾ ਰਿਹਾ। ਸਤਿਗੁਰੂ ਜੀ ਦੀ ਅਪਾਰ ਕਿਰਪਾ ਅਤੇ ਬਖਸ਼ਿਸ਼ ਹੈ, ਨਾਭੇ ਦੀਆਂ ਸੰਗਤਾਂ ਬਹੁਤ ਸਹਿਯੋਗ ਕਰਦੀਆਂ ਨੇ, ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਇਹ ਜਿਹੜਾ ਲੰਗਰ ਹੈ ਲਗਾਤਾਰ ਜਾਰੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਦੇ ਸਿਰ 'ਤੇ ਰੱਖਣ, ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਕਾਰਜ ਨੇ ਉਹ ਅਸੀਂ ਕਰਦੇ ਰਹੀਏ। ਗਰੀਬਾਂ ਲੋੜਵੰਦਾਂ ਦੀ ਸੇਵਾ ਕਰਕੇ ਜੋ ਗੁਰਸਿੱਖੀ ਦਾ ਅਸਲ ਸਿਧਾਂਤ ਹੈ ਉਸ ਨੂੰ ਪੂਰਾ ਕਰਦੇ ਰਹੀਏ, ਇਸੇ ਆਸ਼ਾ ਦੇ ਨਾਲ ਔਰ ਇਸੇ ਅਰਦਾਸ ਦੇ ਨਾਲ ਸਾਰੀਆਂ ਸੰਗਤਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦਾ ਸਾਥ ਦਿਓ, ਮਿਹਰ ਭਰੇ ਹੱਥ ਰੱਖੋ, ਤਾਂ ਜੋ ਇਸ ਤਰ੍ਹਾਂ ਦੇ ਕਾਰਜ ਜਿਹੜੇ ਨੇ ਲਗਾਤਾਰ ਜਾਰੀ ਰਹਿਣ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਜਗ ਸੇਵਕ ਵੈਬ TV।